ਫਾਜ਼ਿਲਕਾ ਦੇ ਪ੍ਰਤਾਪ ਬਾਗ ਦੇ ਵਿੱਚ ਬਿਜਲੀ ਮੁਲਾਜ਼ਮ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਆਯੋਜਿਤ 17 ਫਰਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵਿੱਚ ਸੰਘਰਸ਼ ਕਰਨ ਦਾ ਕੀਤਾ ਗਿਆ ਫੈਸਲਾ। ਫਾਜ਼ਿਲਕਾ ਦੇ ਵਿੱਚ ਅੱਜ ਦਿਨ ਸੋਮਵਾਰ ਨੂੰ ਸ਼ਾਮ 4 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਬਿਜਲੀ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ 17 ਫਰਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵਿੱਚ ਸੰਘਰਸ਼ ਕਰਨ ਦਾ ਫੈਸਲਾ ਲਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ 17 ਫਰਵਰੀ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ 17 ਫਰਵਰੀ ਨੂੰ ਧੂਰੀ ਦੇ ਵਿੱਚ ਜਾ ਕੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਜਿਸ ਦੇ ਰੋਸ ਸਵਰੂਪ ਉਹਨਾਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਅਤੇ 17 ਫਰਵਰੀ ਨੂੰ ਵੱਡਾ ਧਰਨਾ ਧੂਰੀ ਦੇ ਵਿੱਚ ਲਗਾਇਆ ਜਾਏਗਾ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਸੁਰਿੰਦਰ ਧਰਾਂਗਵਾਲਾ, ਮੁਲਾਜ਼ਮ ਸੰਘਰਸ਼ ਕਮੇਟੀ ਸਕੱਤਰ ਪੰਜਾਬ। ਅੱਜ ਅਸੀਂ ਕਨਵੈਨਸ਼ਨ ਕਰਨ ਜਾ ਰਹੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਫਾਜ਼ਿਲਕਾ ਵਿਖੇ। ਇਹ ਕਨਵੈਨਸ਼ਨ ਅਸੀਂ ਤਾਂ ਕਰ ਰਹੇ ਹਾਂ, ਅਸੀਂ 17-2 ਨੂੰ ਮੁੱਖ ਮੰਤਰੀ ਪੰਜਾਬ, ਸਾਡੇ ਮੁੱਖ ਮੰਤਰੀ ਪੰਜਾਬ ਸਾਡੇ ਭਗਵੰਤ ਸਿੰਘ ਮਾਨ ਜੀ ਦੇ ਹਲਕੇ ਧੂਰੀ ਵਿੱਚ ਅਸੀਂ ਪਰਿਵਾਰਾਂ ਸਮੇਤ ਇੱਕ ਬਹੁਤ ਵੱਡਾ ਰੋਸ ਧਰਨਾ ਦੇਣ ਜਾ ਰਹੇ ਹਾਂ, ਕਿਉਂਕਿ ਪਿਛਲੇ 1 ਸਾਲ ਤੋਂ ਜਿਹੜਾ ਸਾਨੂੰ ਬਿਜਲੀ ਬੋਰਡ ਦੇ ਵਿੱਚ ਰੈਗੂਲਰ ਸਕੇਲ ਨਹੀਂ ਦਿੱਤੇ ਜਾ ਰਹੇ, ਕਿਸੇ ਕੋਰਟ ਤਜਰਬੇ ਨੂੰ ਆਧਾਰ ਬਣਾ ਕੇ ਕੋਰਟ ਦੇ ਵਿੱਚ ਜਿਹੜਾ ਕੇਸ ਦਾ ਬਹਾਨਾ ਬਣਾ ਕੇ ਸਾਡੇ ਜਿਹੜਾ ਅੱਜ ਤੱਕ ਕਿਸੇ ਮੁਲਾਜ਼ਮ ਨੂੰ ਰੈਗੂਲਰ ਸਕੇਲ ਨਹੀਂ ਦਿੱਤਾ ਗਿਆ ਅਤੇ ਸਾਡੇ 25 ਮੁਲਾਜ਼ਮਾਂ ਨੂੰ ਜਿਹੜਾ ਉਹ ਟਰਮੀਨੇਟ ਕਰ ਦਿੱਤਾ ਗਿਆ, ਉਸ ਦਾ ਜਿਹੜਾ ਸਾਡੇ ਮੁਲਾਜ਼ਮਾਂ ਦੇ ਵਿੱਚ ਬਹੁਤ ਰੋਸ ਹੈ। ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਕਨਵੈਨਸ਼ਨਾਂ ਕਰਕੇ 17 ਤਰੀਕ ਨੂੰ ਜਿਹੜਾ ਇੱਕ ਵੱਡਾ ਧਰਨਾ ਲਾਉਣ ਜਾ ਰਹੇ ਹਾਂ, ਉਸ ਦੇ ਸੰਬੰਧ ਵਿੱਚ ਅੱਜ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਸਾਡੇ ਸਾਥੀਆਂ ਨਾਲ ਜਿਹੜੀ ਉਹ ਲਾਮਬੰਦੀ ਕਰ ਰਹੇ ਹਾਂ, ਕਿਉਂਕਿ ਜਿਹੜਾ ਸਾਡੇ CM ਮਾਨ ਨੇ ਉਹ ਹਰੇਕ ਜਗ੍ਹਾ ਆਪਦੀ ਸਪੀਚ 'ਚ ਕਹਿੰਦੇ ਨੇ ਵੀ ਕਿਸੇ ਵੀ ਜਥੇਬੰਦੀ ਨੂੰ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਉਹ ਸਾਡੇ ਨਾਲ ਜਿਹੜਾ ਕੰਟੈਕਟ ਕਰਨ। ਅਸੀਂ ਪਿਛਲੇ 10-15 ਦਿਨਾਂ ਤੋਂ SDM ਧੂਰੀ ਨੂੰ ਵੀ ਲਿਖਤੀ ਦੇ ਕੇ ਆਏ ਹਾਂ, SSP ਸਾਹਿਬ ਨੂੰ ਦੇ ਕੇ ਆਏ, DSP ਸਾਹਿਬ ਨੂੰ ਦੇ ਕੇ ਆਏ ਅਤੇ ਇਹਨਾਂ ਦੇ ਜਿੰਨੇ ਵੀ MLA ਨੇ ਅਸੀਂ ਉਹਨਾਂ ਨੂੰ 4-4 ਵਾਰ ਜਿਹੜਾ ਲਿਖਤੀ ਦੇ ਚੁੱਕੇ ਹਾਂ ਵੀ ਸਾਡੇ ਜਿਹੜਾ ਮਸਲੇ ਦਾ ਹੱਲ ਕਰਵਾਇਆ ਜਾਵੇ। ਇਸ ਤੋਂ ਪਹਿਲਾਂ ਵੀ ਅਸੀਂ ਜਿਹੜਾ 2 ਧਰਨੇ ਸਾਡੇ ਹੈੱਡ ਆਫਿਸ ਲਾ ਚੁੱਕੇ ਹਾਂ, 1 ਧਰਨਾ ਸਾਡੇ ਜਿਹੜੇ ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਉਹਨਾਂ ਦੇ ਵੀ ਅਸੀਂ ਰਿਆਸਤ ਲਾ ਚੁੱਕੇ ਹਾਂ। ਉਹਨਾਂ ਨਾਲ ਮੀਟਿੰਗਾਂ ਹੋਈਆਂ, ਮੀਟਿੰਗਾਂ ਦੇ ਵਿੱਚ ਸਾਨੂੰ ਸਹਿਮਤੀਆਂ ਦੇ ਦਿੰਦੇ ਆ, ਪਰ ਸਾਡੇ ਜਿਹੜੇ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਹ ਸਾਨੂੰ ਕਹਿੰਦੇ ਅਸੀਂ CM ਸਾਹਿਬ ਨਾਲ ਗੱਲਬਾਤ ਕਰਕੇ ਥੋੜ੍ਹਾ ਜਿਹੜਾ ਜਲਦੀ ਮਸਲਾ ਹੱਲ ਕਰਦੇ ਹਾਂ, ਪਰ ਮਸਲਾ ਹੱਲ ਕਰਨ ਦੀ ਬਜਾਏ ਜਾਣ ਬੁੱਝ ਕੇ ਜਿਹੜੇ ਸਾਡੇ ਅਧਿਕਾਰੀ ਨੇ ਉਹ ਇਸ ਮਸਲੇ ਨੂੰ ਉਲਝਾ ਰਹੇ ਨੇ। ਉਸ ਦੇ ਰੋਸ ਵਜੋਂ ਅਸੀਂ CM ਸਾਹਿਬ ਦੇ ਜਿਹੜੇ ਸਾਡੀ ਗੱਲ ਨਹੀਂ ਸੁਣ ਰਹੇ, ਅਸੀਂ ਆਪਦਾ ਜਿਹੜਾ ਰੋਸ ਜ਼ਾਹਰ ਕਰਨ ਵਾਸਤੇ ਪੂਰੇ ਪਰਿਵਾਰ ਅਤੇ ਬੱਚਿਆਂ ਨੂੰ ਲੈ ਕੇ ਧੂਰੀ ਦੇ ਵਿੱਚ ਇੱਕ ਵੱਡਾ ਜਿਹੜਾ ਹਮਲਾ ਮਾਰਨ ਜਾ ਰਹੇ ਹਾਂ। ਉਹ ਹੁਣ CM ਸਾਹਿਬ ਸੋਚਣ, ਉਹਨਾਂ ਦੇ ਜਿਹੜੇ ਨੁਮਾਇੰਦੇ ਬਾਕੀ ਉਹ ਸੋਚਣ ਵੀ ਸਾਡੇ ਸੰਘਰਸ਼ ਨੂੰ ਉਹਨਾਂ ਨੇ ਜ਼ੋਰ ਜਮਾਇਸ਼ ਦੇਖਣੀ ਹੈ ਜਾਂ ਸਾਡੇ ਜਿਹੜੇ ਸਾਨੂੰ ਕੋਈ ਗੱਲਬਾਤ ਕਰਕੇ ਮੀਟਿੰਗ ਦੇ ਕੇ ਸਾਡੇ ਜਿਹੜੇ ਮਸਲੇ ਦਾ ਹੱਲ ਕਰਨਾ ਹੈ। ਫਿਲਹਾਲ ਜਿਹੜਾ ਸਾਡੇ ਮੁਲਾਜ਼ਮਾਂ ਦੇ ਵਿੱਚ ਪੂਰਾ ਰੋਸ ਹੈ, ਇਸ ਰੋਸ ਨੂੰ ਜ਼ਾਹਰ ਕਰਨ ਵਾਸਤੇ ਅਸੀਂ ਜਿਹੜੇ ਵੱਡੀ ਗਿਣਤੀ 'ਚ ਧੂਰੀ ਵਿਖੇ ਪਹੁੰਚਾਂਗੇ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਰਾਜ ਸਿੰਘ ਹੈ ਜੀ, ਔਰ ਜਿਹੜਾ ਮੁਲਾਜ਼ਮ ਸੰਘਰਸ਼ ਕਮੇਟੀ ਮੈਂਬਰ ਹਾਂ ਮੈਂ। ਅਤੇ ਅੱਜ ਸਾਡੀ ਜਿਹੜੀ ਕਨਵੈਨਸ਼ਨ ਹੈਗੀ ਉਹ ਫਾਜ਼ਿਲਕਾ PSPCL ਦੇ CR 295/19 ਦੇ ਭਰਤੀ ਹੋਏ ਮੁਲਾਜ਼ਮ ਉਹਨਾਂ ਦੇ ਸੰਬੰਧ ਵਿੱਚ ਹੈਗੀ, ਕਿਉਂਕਿ ਇਹ ਭਰਤੀ ਰੈਗੂਲਰ ਬੇਸ 'ਤੇ ਅੱਜ ਤੋਂ 4 ਸਾਲ ਪਹਿਲਾਂ ਹੋਈ ਸੀਗੀ। 3 ਸਾਲ ਦਾ ਪ੍ਰੋਬੇਸ਼ਨ ਕੰਪਲੀਟ ਕਰ ਕੀਤਿਆਂ ਨੂੰ ਵੀ ਸਾਨੂੰ 1 ਸਾਲ ਬੀਤ ਗਿਆ। 1 ਸਾਲ ਪੂਰਾ ਹੋਣ ਦੇ ਉਪਰੰਤ ਵੀ ਜਿਹੜੀ ਸਾਡੀਆਂ ਤਨਖਾਹਾਂ ਹੈਗੀਆਂ ਨੇ ਰੈਗੂਲਰ ਬੇਸ 'ਤੇ ਸਾਡੀਆਂ ਜਿਹੜੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਸਾਨੂੰ ਨਿਗੁਣੀਆਂ ਤਨਖਾਹ ਦੇ ਕੇਵਲ 10,000 ਦੇ ਉੱਪਰ ਹੀ ਜਿਹੜਾ ਹੈਗਾ ਉਹ ਸਾਡਾ ਕੰਮ ਲਿਆ ਜਾ ਰਿਹਾ। ਔਰ ਇਹਦੇ ਦੌਰਾਨ ਸਾਡੇ ਕਈ ਸਾਥੀ ਹਾਦਸਾਗ੍ਰਸਤ ਹੋ ਕੇ ਜਾਨਾਂ ਵੀ ਗਵਾ ਚੁੱਕੇ ਹਨ, ਅਤੇ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਹਾਈਕੋਰਟ ਦਾ ਬਹਾਨਾ ਬਣਾ ਕੇ ਜਿਹੜਾ ਹੈਗਾ ਜਾਣ ਬੁੱਝ ਕੇ ਜਿਹੜੀ ਸਾਡੀ ਭਰਤੀ ਨੂੰ ਲਟਕਾਇਆ ਜਾ ਰਿਹਾ। ਔਰ ਸਾਥੀਆਂ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਅਸੀਂ ਜਿਹੜੇ HT ਦੇ ਉੱਤੇ ਕੰਮ ਸਾਡੇ ਸਾਥੀ ਕਰ ਰਹੇ ਨੇ, ਜਿਹਦੇ ਦੌਰਾਨ ਅਸੀਂ ਚੱਲਦੇ ਹੋਏ 17-2 ਨੂੰ ਜਿਹੜੀ ਹੈਗੀ ਅਸੀਂ ਵੱਖ ਵੱਖ 3 ਧਰਨੇ ਲਾਉਣ ਦੇ ਬਾਵਜੂਦ ਸਰਕਾਰ ਨੂੰ ਵਾਰ ਵਾਰ ਕਰਨ ਦੇ ਬਾਵਜੂਦ ਵੀ ਜੋ ਸਰਕਾਰ ਸੁੱਤੀ ਸਰਕਾਰ ਨਹੀਂ ਜਾਗ ਰਹੀ, ਜਿਹੜੀ ਸਰਕਾਰ ਕਹਿੰਦੀ ਸੀ ਕਿ ਇਹ ਮੁਲਾਜ਼ਮਾਂ ਦੇ ਹੱਕਾਂ ਲਈ ਹਰਾ ਪੈਨ ਮੇਰਾ ਬਣਿਆ ਹੈ ਮੁਲਾਜ਼ਮਾਂ ਨੂੰ ਰੁਜ਼ਗਾਰ ਦੇਣ ਵਾਸਤੇ, ਅੱਜ ਉਹ ਕਿਤੇ ਨਾ ਕਿਤੇ ਸਾਡੇ 25 ਸਾਥੀਆਂ ਦਾ ਰੁਜ਼ਗਾਰ ਖੋਇਆ ਜਾ ਰਿਹਾ ਅਤੇ ਰੁਜ਼ਗਾਰ ਹੋਰ ਖੋਣ ਦੀ ਜਿਹੜੀਆਂ ਕੋਸ਼ਿਸ਼ਾਂ
ਚੱਲ ਰਹੀਆਂ ਨੇ, ਜਿਸ ਦੇ ਚੱਲਦੇ ਅਸੀਂ 17-2 ਨੂੰ ਧੂਰੀ ਵਿਖੇ ਜਿਹੜੀ ਹੈਗੀ ਸਾਡੇ CM ਸਾਹਿਬ ਦੀ ਜਿਹੜੀ ਰਿਹਾਇਸ਼ ਦੇ ਮੂਹਰੇ ਅਸੀਂ ਜਿਹੜਾ ਹੈਗਾ ਪਰਿਵਾਰਾਂ ਸਮੇਤ ਧਰਨਾ ਦੇਣ ਜਾ ਰਹੇ ਹਾਂ। ਔਰ ਇਹ ਜਿਹੜਾ ਧਰਨਾ ਹੈਗਾ ਇਹ ਅਸੀਂ ਜਿਹੜਾ ਉਦੋਂ ਤੱਕ ਜਿਹੜਾ ਉਸ ਪਰਿਵਾਰਾਂ ਸਮੇਤ ਅਸੀਂ ਜਿਹੜਾ ਦਿਆਂਗੇ ਜਦੋਂ ਤੱਕ ਜਿਹੜਾ ਸਾਡੀ ਜਿਹੜੀ ਮੰਗ ਹੈਗੀ ਸਾਡੇ 25 ਡਿਟਰਮੀਨੇਟ ਕੀਤੇ ਸਾਥੀਆਂ ਨੂੰ ਦੁਬਾਰਾ ਬਹਾਲ ਨਹੀਂ ਕੀਤਾ ਜਾਂਦਾ ਔਰ ਸਾਡੇ ਜਿਹੜੇ ਰੈਗੂਲਰ ਸਕੇਲ ਨੇ ਉਹ ਜਾਰੀ ਨਹੀਂ ਕੀਤੇ ਜਾਂਦੇ।